ਕਿਸਾਨਾਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ? ਦੇਖੋ ਜੀ, ਆਉਣਾ ਤਾਂ ਚਾਹੀਦਾ ਹੈ, ਬੇਈਮਾਨਾਂ ਦਾ ਪਰਦਾ ਫਾਸ ਹੋਣਾ ਚਾਹੀਦਾ। ਜਿਹੜੀਆਂ ਸਰਕਾਰਾਂ ਬੇਈਮਾਨਾਂ, ਇੱਕ ਸਰਕਾਰ ਜਾਂਦੀ ਹੈ ਬੇਈਮਾਨਾਂ ਦੀ, ਦੂਸਰੀ ਆ ਜਾਂਦੀ ਹੈ। ਅਕਾਲੀ, ਆਪ ਔਰ ਕਾਂਗਰਸ ਸਾਰੀ ਚੋਰ ਆ। ਅੰਦੋਲਨ ਚੱਲਦੇ ਹੋਏ 8 ਮਹੀਨੇ ਹੋ ਗਏ ਨੇ, 7 ਮਹੀਨੇ ਬਹੁਤ ਦਿੱਕਤ ਪਰੇਸ਼ਾਨੀਆਂ ਨੂੰ ਝੱਲ ਰਹੇ ਹੈ, ਫਿਰ ਵੀ ਕੋਈ ਸਰਕਾਰਾਂ ਕੋਈ ਹੱਲ ਨਹੀਂ ਕਰਦੀਆਂ। ਜੇਕਰ ਇਹ ਕਿਤੇ ਸੱਤਾ ਦੇ ਵਿੱਚ ਹੋਣਗੇ ਤਾਂ ਕਿਤੇ ਨਾ ਕਿਤੇ ਕੋਈ ਮਸਲੇ ਦਾ ਹੱਲ ਹੋ ਸਕਦਾ ਹੈ। ਕਿਸਾਨ ਤੋਂ ਆਵੇਗੇ, ਕਿਸਾਨ ਪਾਰਟੀ ਬਣੇਗੀ ਕੋਈ, ਤਾਂ ਕਿਸਾਨ ਆਵੇਗੇ ਵੀ ਲੋਕ ਕਾਂਗਰਸ ਨੇ ਭੱਠਾ ਬਿਠਾ ਲਿਆ। ਚੋਣ ਮੈਦਾਨ 'ਚ ਉਤਰਨ ਕਿਸਾਨ, ਅਤੇ ਇਹ ਥੋੜ੍ਹਾ ਗਲਤ ਕਿਹਾ। ਜੇ ਹੁਣ ਆਊਗੀ ਆਮ ਪਾਰਟੀ ਦੀ ਸਰਕਾਰ ਆਏਗੀ ਜਾਂ ਜ਼ਿਮੀਦਾਰਾਂ ਦੀ ਸਰਕਾਰ ਆਏਗੀ? ਅਕਾਲੀ, ਕਾਂਗਰਸ, BJP, ਦੇ ਆਰ ਆਲ ਕਰਪਟਡ ਪਾਰਟੀਜ਼। ਅਸੀਂ ਜੇ ਕੋਈ ਸਾਡਾ ਕਿਸਾਨ ਨੇਤਾ ਮੂਹਰੇ ਆਊਗਾ, ਅਸੀਂ ਵੋਟ ਉਸੇ ਨੂੰ ਦੇਵਾਂਗੇ। ਕਿਸਾਨ ਆਗੂ ਨੂੰ ਮੌਕਾ ਮਿਲਣਾ ਚਾਹੀਦਾ ਜੀ ਖੜਨ ਦਾ। ਸੰਯੁਕਤ ਕਿਸਾਨ ਮੋਰਚੇ ਨੇ ਤਾਂ ਮਨਾ ਕਰਤਾ, ਉਹ ਕਹਿੰਦੇ ਜੀ ਅਸੀਂ ਸਿਆਸਤ 'ਚ ਨਹੀਂ ਆਉਣਾ ਚਾਹੁੰਦੇ। ਦੇ ਆਰ ਵੈਰੀ ਕਰੈਕਟ, ਇਹਨਾਂ ਨੂੰ ਆਉਣਾ ਚਾਹੀਦਾ, ਇਹ ਬਾਹਰ ਹੀ ਰਹਿਣੇ ਚਾਹੀਦੇ ਆ। ਜਾਂ ਕੋਈ ਜ਼ਿਮੀਦਾਰ ਖੜਾ ਹੋ ਜਾਵੇ ਉਸ ਨੂੰ ਵੀ ਵੋਟਾਂ ਪਾਵਾਂਗੇ ਜਾਂ ਕੇਜਰੀਵਾਲ ਨੂੰ ਪਾਵਾਂਗੇ। ਬਸ ਚੰਡੂਨੀ ਨੇ ਚੱਕਿਆ ਸੀ ਇਹ ਮੁੱਦਾ, ਚੰਡੂਨੀ ਨੂੰ ਬਾਹਰ ਕੱਢ ਦਿਆ, ਇਹ ਨਹੀਂ ਚੱਲਣਾ ਹੈਗਾ ਇਹਨਾਂ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਅਤੇ ਤੁਸੀਂ ਦੇਖ ਰਹੇ ਹੋ ਵੋਇਸ ਆਫ ਪੰਜਾਬ। ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਸਮੇਂ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਅਤੇ ਇਸ ਦੌਰਾਨ ਕਿਸਾਨਾਂ ਵੱਲੋਂ ਹਰ ਪ੍ਰਕਾਰ ਦਾ ਮੁੱਦਾ ਅੱਗੇ ਰੱਖਿਆ ਗਿਆ ਹੈ, ਆਵਾਜ਼ ਚੱਕੀ ਗਈ ਹੈ। ਚਾਹੇ ਪਾਣੀ ਦਾ ਮੁੱਦਾ ਹੋਵੇ, ਚਾਹੇ ਬਿਜਲੀ ਦਾ ਹੋਵੇ, ਬਿਜਲੀ ਸੰਕਟ ਦਾ ਹੋਵੇ, ਚਾਹੇ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ, 3 ਖੇਤੀ ਬਿੱਲਾਂ 'ਤੇ ਤਾਂ ਜੋ ਸੰਘਰਸ਼ ਆ ਉਹ ਚੱਲ ਹੀ ਰਿਹਾ ਸੀ, ਹੁਣ ਆਮ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਕਿਸਾਨਾਂ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਉੱਤੇ ਗੁਰਨਾਮ ਸਿੰਘ ਚੜੂਨੀ ਨੇ ਇੱਕ ਬਿਆਨ ਦਿੱਤਾ ਸੀ ਮਿਸ਼ਨ ਪੰਜਾਬ ਦਾ, ਜਿਸ ਕਾਰਨ ਉਹਨਾਂ ਨੂੰ 7 ਦਿਨਾਂ ਲਈ ਸਸਪੈਂਡ ਵੀ ਕੀਤਾ ਗਿਆ ਹੈ। ਪਰ ਉਹਨਾਂ ਦਾ ਵਿਚਾਰ ਸੀ ਕਿ ਹੁਣ ਕਿਸਾਨਾਂ ਨੂੰ ਚੋਣਾਂ ਦੇ ਵਿੱਚ ਉਤਰਨਾ ਪਵੇਗਾ, ਸਿਆਸਤ ਦੇ ਵਿੱਚ ਉਤਰਨਾ ਪਵੇਗਾ। ਵਿਚਾਰ ਜਾਣਨ ਦੇ ਲਈ ਅਸੀਂ ਅੱਜ ਪੇਂਡੂ ਇਲਾਕਿਆਂ ਵਿੱਚ ਪਹੁੰਚੇ ਹੋਏ ਹਾਂ, ਤਾਂ ਕਿ ਪਿੰਡਾਂ ਦੇ ਜੋ ਕਿਸਾਨ ਨੇ, ਨੌਜਵਾਨ ਨੇ ਜਾਂ ਬਜ਼ੁਰਗ ਕਿਸਾਨ ਨੇ, ਉਹਨਾਂ ਦੇ ਵਿਚਾਰ ਲੈ ਸਕੀਏ। ਸਾਡੇ ਨਾਲ ਇੱਥੇ ਕੁਝ ਨੌਜਵਾਨ ਕਿਸਾਨ ਮੌਜੂਦ ਨੇ, ਇਹਨਾਂ ਤੋਂ ਪੁੱਛਦੇ ਹਾਂ ਜੀ ਕਿ ਕਿਸਾਨਾਂ ਦੇ ਸਿਆਸਤ ਵਿੱਚ ਆਉਣ ਦੇ ਮੁੱਦੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ, ਕੀ ਕਿਸਾਨਾਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ? ਹਾਂਜੀ ਵੀਰ ਜੀ, ਬਿਲਕੁਲ ਆਉਣਾ ਚਾਹੀਦਾ, ਇਹਨਾਂ ਨੂੰ ਇਹਨਾਂ ਦੇ ਵਾਂਗ ਹੀ ਨਜਿੱਠਣਾ ਪੈਣਾ, ਕਿਉਂਕਿ ਅੰਦੋਲਨ ਚੱਲਦੇ ਹੋਏ 8 ਮਹੀਨੇ ਹੋ ਗਏ ਨੇ, 7 ਮਹੀਨੇ ਬਹੁਤ ਦਿੱਕਤ ਪਰੇਸ਼ਾਨੀਆਂ ਨੂੰ ਝੱਲ ਰਹੇ ਹੈ, ਫਿਰ ਵੀ ਕੋਈ ਸਰਕਾਰਾਂ ਕੋਈ ਹੱਲ ਨਹੀਂ ਕਰਦੀਆਂ। ਜੇਕਰ ਇਹ ਕਿਤੇ ਸੱਤਾ ਦੇ ਵਿੱਚ ਹੋਣਗੇ ਤਾਂ ਕਿਤੇ ਨਾ ਕਿਤੇ ਕੋਈ ਮਸਲੇ ਦਾ ਹੱਲ ਹੋ ਸਕਦਾ ਹੈ। ਹੁਣ ਇਹ ਅੰਦਰ ਬੈਠ ਕੇ ਆਪਣੀਆਂ ਸਾਰੀਆਂ ਮੀਟਿੰਗਾਂ ਕਰਕੇ ਨਿਬੇੜ ਦਿੰਦੇ ਹੈ, ਬਾਹਰ ਕਿਸੇ ਨੂੰ ਕੋਈ ਗੱਲ ਦਾ ਸ਼ੋਅ ਆਫ ਨਹੀਂ ਹੁੰਦਾ ਹੈਗਾ, ਬਿਨਾਂ ਗੱਲ ਤੋਂ ਹੀ ਕਿਸੇ ਨੂੰ ਚੁੱਕ ਲਿਆ, ਕਦੇ ਕਿਸੇ ਨੂੰ ਚੁੱਕ ਲਿਆ। ਕਿਸਾਨਾਂ ਦੇ ਉੱਪਰ ਜਿਹੜਾ ਹੈਗਾ ਬੇਬੁਨਿਆਦ, ਇਹਨਾਂ ਨੇ ਕੇਸ ਦਰਜ ਕੀਤੇ ਵੀ ਬਹੁਤ ਪਰਚੇ ਬਹੁਤ ਜ਼ਿਆਦਾ ਕੀਤੇ ਹੋਏ ਨੇ, ਬਹੁਤ ਜ਼ਿਆਦਾ ਮੁਸ਼ਕਿਲ ਪੰਜਾਬ ਕਿਸਾਨ ਨੂੰ ਹੀ ਨੇ ਹੈ, ਹੋਰ ਤਾਂ ਕੋਈ ਇਹਨਾਂ ਦੀ ਸਪੋਰਟ ਦੇ ਵਿੱਚ ਆਉਂਦਾ ਵੀ ਨਹੀਂ ਹੈਗਾ, ਇਸ ਕਰਕੇ ਇਹਨਾਂ ਨੂੰ ਉਤਰਨਾ ਚਾਹੀਦਾ ਸੱਤ ਦੇ ਵਿੱਚ। ਕਿਸਾਨਾਂ ਵੱਲੋਂ ਇੱਕ ਸਟੈਂਡ ਲਿਆ ਗਿਆ ਹੈ ਕਿ ਪਿੰਡਾਂ ਦੇ ਵਿੱਚ ਕੋਈ ਵੀ ਸਿਆਸੀ ਲੀਡਰ ਨਹੀਂ ਵੜ ਸਕਦਾ, ਅਤੇ ਜੇਕਰ ਪਿੰਡਾਂ 'ਚ ਸਿਆਸੀ ਲੀਡਰ ਨਹੀਂ ਵੜੇਗਾ ਤਾਂ ਤੁਸੀਂ ਬਤੌਰ ਕਿਸਾਨ ਆਪਣਾ ਵੋਟ ਕਿਹਨੂੰ ਦਿਓ? ਅਸੀਂ ਜੇ ਕੋਈ ਸਾਡਾ ਕਿਸਾਨ ਨੇਤਾ ਮੂਹਰੇ ਆਊਗਾ ਅਸੀਂ ਵੋਟ ਉਸੇ ਨੂੰ ਦੇਵਾਂਗੇ, ਕਿਉਂਕਿ ਇਹਨਾਂ ਨੂੰ ਅਸੀਂ ਲੁਟਾ ਲਿਆ, ਆਪਣਾ ਪੰਜਾਬ ਸਾਰਾ ਬਿਲਕੁਲ ਜ਼ੀਰੋ ਕਰ ਲਿਆ, ਹੁਣ ਵਿਕਣ ਦੀ ਕਗਾਰ ਦੇ ਉੱਤੇ ਹੀ ਹੈ। ਹੁਣ ਤੁਸੀਂ ਦੇਖ ਲਓ, ਪੋਲੀਟੀਸ਼ੀਅਨ ਸਾਡੇ ਵਾਸਤੇ ਕੁਛ ਨਹੀਂ ਕਰ ਰਿਹਾ ਹੈਗਾ। ਇਹ ਜਿਹੜੀ ਕਰੋਨਾ ਦੀ ਲਹਿਰ ਹੋਈ ਸੀਗੀ ਇਹਦੇ 'ਚ ਇਹਨਾਂ ਨੇ ਕੀ ਦਿੱਤਾ? ਇੱਕ ਫੋਟੋ ਵਾਸਤੇ ਸਿਰਫ ਸ਼ੋਅ ਕਰਨ ਵਾਸਤੇ ਮਾਸਕ ਦਿੰਦੇ ਆ, ਇਹ ਸਭ ਕੁਛ ਦਿੰਦੇ ਆ। ਪੋਲੀਟੀਸ਼ੀਅਨ ਹੈ, ਰਾਸ਼ਨ ਆਉਂਦਾ ਹੈ, ਕਦੇ ਕੋਈ ਖਾ ਜਾਂਦਾ, ਕਦੇ ਕੋਈ ਖਾ ਜਾਂਦਾ, ਕਿਸੇ ਕੋਲ ਕੋਈ ਨਹੀਂ ਪਹੁੰਚਦਾ। ਜਿਹੜੀ NGOs ਨੇ ਉਹਨਾਂ ਨੇ ਹੀ ਹੈਲਪ ਕੀਤੀ ਹੈ, ਗੌਰਮੈਂਟ ਤੇ ਕਿੱਥੇ ਹੈਲਪ ਕੀਤੀ? ਅੱਛਾ, ਪੰਜਾਬ ਦੇ ਵਿੱਚ ਇੱਕ ਤੀਜੀ ਪਾਰਟੀ ਹੈ ਜਿਹਦੇ ਆਉਣ ਨੂੰ ਲੈ ਕੇ ਕਾਫੀ ਉਮੀਦਾਂ ਜਤਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਇਹਦੇ ਆਉਣ ਨਾਲ ਕੋਈ ਚੇਂਜ ਆ ਸਕਦਾ, ਉਹਨੂੰ ਸਪੋਰਟ ਕਰੋਗੇ? ਜਿਸ ਮਰਜ਼ੀ ਨੂੰ ਸਪੋਰਟ ਕਰ ਲਓ ਵੀਰ ਜੀ, ਇਹ ਸਭ ਐਵੇਂ ਦੇ ਨੇ, ਆਮ ਆਦਮੀ ਪਾਰਟੀ ਕੀ ਹੋਰ ਕੀ, ਇਹਨਾਂ ਨੇਤਾ ਦੇ ਆਪਣੇ ਹੀ ਭਾਂਡੇ ਖਿੱਲ ਰਹੇ ਨੇ, ਪਾਰਟੀ ਦੇ ਮੈਂਬਰ ਗੱਲ ਨਹੀਂ ਸੁਣਦੇ ਹੈ ਕਿ ਉਹ ਜਨਤਾ ਦੀ ਕਿੱਥੇ ਸੁਣ ਲੂੰਗੇ? ਉਹਨਾਂ ਦੇ ਆਪਣੇ ਮਸਲੇ ਹੀ ਬੜੇ ਗੁੱਝੇ ਹੋਏ ਨੇ, ਉਹਨਾਂ ਦੇ ਆਪਣੇ ਮਸਲੇ ਦਾ ਲੋਟ ਨਹੀਂ ਹੋ ਰਹੀ, ਜਨਤਾ ਦੇ ਕਿੱਥੋਂ ਕਰ ਦੂੰਗੇ ਇਹ? ਮੇਰਾ ਇਸ ਬਾਰੇ ਵਿਚਾਰ ਹੈ, ਮੈਂ ਇੱਕ ਜ਼ਿਮੀਦਾਰ ਬੰਦਾ ਹੈ ਘਰ 'ਤੇ, ਕਿ ਜਿਹੜੀ ਆਪਣੀ ਕਿਸਾਨ ਪਾਰਟੀ ਹੈ ਆਪਣੀ ਸਿਆਸਤ ਦੇ ਵਿੱਚ ਆਉਣੀ ਚਾਹੀਦੀ ਹੈ, ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਆਪਣੀ ਸਮਝੋ ਸਰਕਾਰ ਬਣਾਉਣੀ ਚਾਹੀਦੀ ਹੈ, ਸਰਕਾਰ ਬਣਾਉਣ ਦੇ ਵਿੱਚ ਆਪਾਂ ਕਾਮਯਾਬ ਹੋ ਜਾਵਾਂਗੇ। ਸੰਯੁਕਤ ਕਿਸਾਨ ਮੋਰਚੇ ਨੇ, ਗੁਰਨਾਮ ਸਿੰਘ ਚੜੂਨੀ ਨੇ ਇਹਨਾਂ ਬਿਆਨਾਂ 'ਤੇ ਉਹਨਾਂ ਨੂੰ 7 ਦਿਨਾਂ ਲਈ ਸਸਪੈਂਡ ਕੀਤਾ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਨਹੀਂ ਚਾਹੁੰਦਾ ਵੀ ਕਿਸਾਨ ਸਿਆਸਤ 'ਚ ਆਉਣ। ਸੋ ਬਤੌਰ ਨੌਜਵਾਨ ਤੁਸੀਂ ਕੀ ਚਾਹੁੰਦੇ ਹੋ ਕਿ ਬਦਲਾਅ ਕਿਸਾਨ ਲਿਆ ਸਕਦਾ ਜਾਂ ਨਹੀਂ ਲਿਆ ਸਕਦਾ? ਦੇਖੋ ਵੀਰ, ਮੇਰੀ ਤਾਂ ਇਹੀ ਸੋਚ ਆ, 3 ਪਾਰਟੀਆਂ ਜਿਹੜੀਆਂ, ਅਕਾਲੀ, ਆਪ ਔਰ ਕਾਂਗਰਸ, ਸਾਰੀ ਚੋਰ ਆ।
हुण सारे देश दा मतलब जो अपना संघर्ष लड़ रहे हैं जी आपां अंदोलन जिमीदार वो सारे जिमीदार बंदे लड़ रहे हैं तो जिमीदार नूं भी पूरा हक चाहिए जी अपना वोटां च खड़ा होण दा किसान आगू नूं मौका मिलना चाहिए जी खड़न दा तां कि अपना सुधार हो सके जी नौजवानां लई कोई वधिया सोच अगे होवे जी इंप्रूवमेंट आए ने। सो बाबा जी हुण तक सारे मुद्दों की गल करिए महंगाई के मुद्दे सारे किसानों ने चके ने टोल प्लाजे उन्होंने बंद कराए है ना जी तो जिहड़े रिलायंस मार्केटा सी पैक कर करके दालां है ना महंगे भाव विकदियां ने उन्हां नूं बंद कराउण दा जिम्मा भी किसानों ने चक्या तो लगता कि हुण पंजाब दा जिम्मा भी किसान चक लैणगे चक लेंगे जी जे इत्तेफाक हो गया पंजाब दे जिम्मेदार चक लेंगे सब हो जाएगा जी। हाँ जी हाँ की उम्मीद रखते हो आने वाले समय ठीक होगा जी कम अगे 2022 दी वोटां सिर ते ने हाँ इसमें से किसानों का एक इत्तेफाक होगा तो इन्हें झूठे दिखा देंगे स्मारक सारे से। हाँ हाँ जी हुण तक पार्टियां ने जो कुछ किया पिछले लंबे समय पहला श्रोमणी अकाली दल सी हुण कांग्रेस है तो कहिंदे ने कि तीजी पार्टियां नूं भी मौका देना चाहिए तुहाडा की विचार? चलो ऐसा जी हूँ देखना तो चाहिए नवा बंदा भी ठीक कम करेगा नहीं करेगा पर मारे पता जो पुरानी पार्टियां कांग्रेस हो गई कली मैं भाई तेल का देखो कह के मतलब बचा दी क्या करेगा जिमीदार डीजल चाहेगा पेट्रोल महंगा गैस महंगा जिमीदार ने पता तो जो हो गया भी इन्हें सफाया हो जाए इन्हों का। हाँ जी इनका सफाया हो जा भी इन्हें कसी जो कहने छोड़ना है भी वही हो जाए जी क्या करेगा 100 रुपये लीटर वाला तेल ट्रैक्टर में कितने पैसे पालेगा कैसे पालेगा कहाँ जाएगा इस करका जिमीदार बत्ता बहुत संकट हो गया अपना तो पब्लिक ही होगा तेल ना जो महंगाई करी है तेल बत्ते बस इन सरकार के जो अपने पेट भर रही हैं यो कम है और कोई कम नहीं इन्होंने। देखो जी किसान राजनीति च तो आना नहीं चाहिए ये अपना गुरनाम झूनी ने कुछ ये अपना चोणा के बारे में कहा जी चोण चोण मैदान च उतरन किसान तो ये थोड़ा गलत कहा ठीक है जी तो किसान तो अपनी जमीन बचाने वास्ते काले कानून रद्द कराने वास्ते तो अपना बॉर्डर से डटे हुए हैं ठीक है जी तो किसान नूं वैसे राजनीति से तो आना नहीं चाहिए। थोनू नहीं लगता कि जेकर पंजाब की सियासत दे विच किसान आ जाता तो आ जड़े कानून लगे हुए ने तीन खेती कानून इन्हों का कोई ना कोई तोड़ भी लिया सकता? देखो जी तोड़ तो लिया सकता वो तो ठीक है थोड़ी गल तो अपना ये है ना जे किसान राजनीति च आ जाता तो किसान की किसानी बर्बाद हो जाए ठीक है जी तो किसान जिदा ये सरकार कर रही तो फिर किसान नूं भी उही करना पऊंगा। भाजी जिवें कि असीं सारे जाणदे हाँ कि किसानां वल्लों अज दे हर मुद्दे नूं चक्किया जा रहा है चाहे बिजली पानी का मुद्दा है बिजली संकट है महंगाई है तो हुण गुरनाम सिंह चड़ूनी वल्लों ये बयान दिता गया कि मिशन पंजाब चलाउणा चाहिए तो पंजाब दे किसान नूं सियासत विच आना चाहिए तुहाडे इहदे बारे की विचार? सर बिल्कुल आना चाहिए है जी देखो सर आप सारी पार्टी हुण 70 साल तो वरतते आ रहे हैं किता की आने तक जी जाके पिंडां देख लो गलियां नालां दे उपर आपां वधे नहीं जिहड़ा भी कोई आंदा विकास होए पिंडां दे गलियां नालियां दे मुक जांदा बस वो तो एक नहीं हुण देखो अगे आपां इन्ना होरां दे ट्रस्ट कर ला हुण इहनां दे करके देख लईए जी किसान बिल्कुल आना चाहिए जी। किसान अज हर लड़ाई दे विच सब तो पहलां अगे है तो हुण 2022 च चोणां आउण वालियां ने जी सो जानना चाहवांगे किसानां नूं सियासत विच आउणा चाहीदा जां नहीं आउणा चाहीदा? देखो जी आना तो चाहीदा है बेईमानां दा पर्दा फाश होना चाहीदा जिहड़ी सरकारां बेईमान एक सरकार जांदी है बेईमानां दी दूसरी आ जांदी है आना तो चाहिए पर इहनां दी मर्जी नहीं आउंदे ना वो असीं तां कोई कह नहीं सकते ठीक है जी असीं तां सरकारां तों अक गए भाजपा तों भी अकालियां तों भी कांग्रसियां तों जी हाँ किसान तो आवेंगे किसान पार्टी बनेगी कोई ਤਾਂ ਕਿਸਾਨ ਆਵੇਂਗੇ ਵੀ ਤਾਂ ਕਾਂਗਰਸ ਨੇ ਭੱਠਾ ਬਿਠਾ ਲਿਆ ਉੱਧਰ ਅਕਾਲੀ ਵੀ ਗਏ ਆਏ ਮੈਂ ਵੀ ਤਾਂ ਨਵੀਂ ਪਾਰਟੀ ਆਵੇਗੀ ਕੋਈ ਆ ਜਾਵੇ ਚਾਹੇ ਜ਼ਿਮੀਂਦਾਰਾਂ ਦੀ ਪਾਰਟੀ ਝਾੜੂ ਵਾਲਾ ਮਾਰੇਗਾ ਅੱਠ ਹੀ ਨਵਾਂ ਨਹੀਂ ਪਿੱਛੇ ਰਹੇਗੇ ਝਾੜੂ ਵਾਲਾ ਲੈ ਜਾਏਗਾ ਇਹਨੂੰ ਅੱਠ ਕਰਕੇ ਹਾਂ ਹੋਰ ਕੋਈ ਨਹੀਂ ਇਹਨਾਂ ਨੇ ਤਾਂ ਜ਼ਿਮੀਂਦਾਰਾਂ ਦਾ ਰੋਲ ਕੇ ਗਏ ਇੰਨੇ ਜ਼ਿਮੀਂਦਾਰ ਬੈਠੇ ਆ ਕਿਹੜੀ ਪਾਰਟੀ ਨੇ ਫਾਇਦਾ ਕਰਿਆ ਮਾਰਾ ਕਰੋੜਾਂ ਕਿਸਾਨ ਬਾਰਡਰਾਂ ਪਰ ਬੈਠੇ ਆ ਭੁਖਟਿਆ ਵੀ ਕੱਟ ਰਹੇ ਆ ਝਾਂਜਾ ਵੀ ਆਵਾ ਬਾਰਸਮਾਂ ਵੀ ਰਹਾ ਬੀਬੀਆਂ ਬਹੁਤ ਬੈਠੀਆਂ ਬਾਹਰ ਤੇ ਆਈ ਦੀਆਂ ਇਹਨਾਂ ਨੇ ਕਿਸੇ ਨੇ ਸਾਰ ਲਈ ਆ
सब ना कांग्रेस सार रहे ना अकाली सार रहे, कोई माड़ी मोटी झाड़ू वाला ही कर रहा था सेवा जी, डॉक्टर बहुत ले रहा था जी जी, है पानी और भेज रहा, बिजली फ्री दे रहा, और इन्होंने तो कोई कख नहीं करके दिया जी। ना फिर दिल्ली वाले नहीं करया कुछ, नहीं तो बस आओ हट जाओ, जेबा दो पास लाई दी भर भर के जा रहे, मौजूदा हटा रहे पक्या जिमीदारों की हालत देखा क्या हो रही है, बीमार भी हो रहे मर भी रहे, हमें सारा बुरा हाल होया वा, चार पांच झुंगियां जलियां उत्थे पाई दी, कौन पूछा किसी केड़े ने करया, कोई जिमीदारों ने पट्ठा पटा लिया। सबसे बड़ा फायदा मेरा जहाँ दी अंदाजा मैं केजरीवाल आ जा जे सबसे बेहतर सबसे, नहीं तो देख लिया मैंने सरकार अज तो नहीं, कोई थोड़े दिन टाइम लंघ गया, ये तो जड़े आम लुट कसोट का मैं लंघते हाँ कोई फायदा ही नहीं है, क्या कर रहे मारा क्या सवार रहे, जोड़ा माड़ा मोटा माड़ा कम चल रहा था वह भी पट्ठा बठा दिया है, अभी तो बदलाव ही होना चाहिए, हम तो जो काम बदलाओ या कोई जिम्मेदार खड़ा हो जा उसने भी वोटा पावे या केजरीवाल पावे बस। पिंडां दे सियासी पार्टियां दा बाइकआउट किया गया है किसानां वल्लों, मैं जानना चाहुंदा कि हुण जेकर 2022 दीआं चोणां आउंदीआं ने तां सियासत दा पंजाब दे पिंडां च की हाल हो, पंजाब दे पिंडां इक साडे पिंड नूं छड्ड के बाकी बचाले वाल चले जाओ सब ने बाइकआउट किया होया, किसानां ने जिन्नी जथेबंदी हैगी सब ने बाइकआउट किया, अकालियां दा कांग्रेस दा, जे हुण आऊगी आम पार्टी की सरकार आएगी या जिमीदारां दी सरकार आएगी, ये सब नूं मन लेना चाहिए है बई आने वाले समय च आम आदमी पार्टी की सरकार आएगी। जेकर किसान नूं सियासत दे विच आउण दा मौका मिल जाता है, गल कर लैने आ संयुक्त किसान मोर्चे ने तो मना करता है, वह कहें जी असी सियासत च नहीं आना चाहते, दे आर वेरी करैक्ट, दे आर वेरी करैक्ट, इन्हां नूं आना चाहिए, ये बाहर ही रहने चाहिए, बाहर तो ही समर्थन करन है, रिक्शा आ गए ना इन्हों तो चलनी नहीं हैगी, पर बाहरों भी यह सारे मुद्दों बारे आवाज़ तो चक रहे हैं जिन्हों बारे आम लोग चकते ही चकते हूँ, देखो चुंडूनी कढ़ दिया इन्होंने सदन वास्ते, इस कर चुंडूनी ने चक्या से यह मुद्दा चुंडूनी बाहर कढ़ दिया, ये नहीं चलना है इन्हों तो इन्हों बस का रोक नहीं है, पर जेकर किसान महंगाई के लिए लड़ सकते ने फसलों लड़ सकते ने आने वाली नस्लों लड़ सकते तो चोणा क्यों नहीं लड़ते, इन्हों का इन्ना एक्सपीरियंस नहीं है हाले है कि नहीं, हर एक काम वास्ते एक्सपीरियंस की बहुत लोड़ हैगी है, एक्सपीरियंस इन्हों को है नहीं, यस दे आर वैल एजुकेटड नो प्रॉब्लम, पर इन्हों को थोड़ा एक्सपीरियंस होना चाहिए ना, कोई भी काम करने वास्ते एक्सपीरियंस की बहुत एक्सपीरियंस इन्हों को हले है नहीं, ठीक है नहीं, एक्सपीरियंस होएगा दैन ऑटोमैटिकली दे विल कम अप, ठीक है नहीं, सही एक्सपीरियंस इन्हों को है नहीं हले, ते पंजाब दे विच तीजी पार्टी है उदे तो बहुत उम्मीदा लाइया जा रही ने, बिजली फ्री का भी उन्होंने सब तो पहला जो मुद्दा वो चक्या है, की लगता कि आने बदलाव आएगा जो आ जाए, देखो सर्टनली बदलाव जरूरी है बहुत जरूरी है, ईवन इफ दे आर डूइंग बैटर दैन आलसो नैक्सट टाइम दे शुड ब्रिंग सम अदर पार्टी सो दैट दे कैन डू बैटर दैन दिस प्रेजेंट पार्टी, बदलाव हमेशा हमेशा हर पार्टी वास्ते बहुत जरूरी है, बदलाव होना चाहिए बदलाव बहुत जरूरी है। मौजूदा पार्टियां की गल कर लिए जाए तो पहला जड़ियां पार्टियां ने उन्हां दी गल कर लिए किन्ना क नुकसान होया खेती नूं किसानी, क्राफ्टड पार्टीज इनकलूडिंग अकाली कांग्रेस बीजेपी दे आर आल क्राफ्टड पार्टीज, इन्होंने किया की है राजे ने की किया हुण तक कुछ नहीं किया, इन्होंने सिर्फ पैसा खाया ही खाया पंजाब नूं लुटे लुटिया होर कुछ नहीं इन्होंने किया, सही ये तिने मिली भुगती पार्टियां हैगियां एक दूसरे नाल मिली हुई ईवन दे हैव गॉट ब्लड रिलेशन, ठीक है नहीं, इन्होंने पब्लिक का कुछ नहीं किया हाल तक किसी पार्टी ने भी, ठीक है नहीं, इस करके बदलाव 100% चाहिए है। हाँ सो जी गल कर रहे थे किसान सियासत के आने लैके के आना चाहिए ज नहीं आना चाहिए, मिले जुले जवाब ने जो वो जनता ने दिते ने, कुछ का मनना है कि हाँ आना चाहिए है, कुछ का मनना है कि नहीं, जिहड़ी तीजी पार्टी है पंजाब की सियासत उन्हूं मौका मिलना चाहिए है, फिलहाल दे लई बदलाव जरूरी है, सो इस मुद्दे नूं लैके दोबारा तुहाडे सामने आवांगे दोबारा गलबात करांगे लोकां दे नाल, उदों तक लई बने रहो साडे नाल ते देखते रहो वॉइस ऑफ पंजाब टीवी।